ਥਾਣਾ ਸਿਟੀ ਪੁਲਿਸ ਨੇ 112 ਬੋਤਲਾਂ ਨਜਾਇਜ਼ ਸ਼ਰਾਬ ਸਹਿਤ 2 ਵਿਅਕਤੀਆਂ ਨੂੰ ਕਾਬੂ ਕੀਤਾ ਹੈ। ਜਾਂਚ ਅਧਿਕਾਰੀ HC ਪਿਆਰਾ ਸਿੰਘ ਨੇ ਦੱਸਿਆ ਕਿ ਉਹ ਮਲੋਟ ਚੌਂਕ ਦੇ ਉੱਤੇ ਗਸ਼ਤ ਕਰ ਰਹੇ ਸਨ ਕਿ ਉਹਨਾਂ ਨੂੰ ਇਸੇ ਦੌਰਾਨ ਸੂਚਨਾ ਮਿਲੀ ਕਿ ਦੀਪਕ ਕੁਮਾਰ ਪੁੱਤਰ ਸ਼ੇਖਰ ਰਾਮ ਵਾਸੀ ਆਰੀਆ ਨਗਰ ਹਰਿਆਣਾ ਤੋਂ ਸ਼ਰਾਬ ਲਿਆ ਕੇ ਵੇਚਦਾ ਹੈ। ਪੁਲਿਸ ਨੇ ਉਸਦੇ ਘਰ ਦੇ ਉੱਤੇ ਰੇਡ ਕਰਕੇ 100 ਬੋਤਲਾਂ ਨਜਾਇਜ਼ ਸ਼ਰਾਬ ਸਮੇਤ ਉਸ ਨੂੰ ਕਾਬੂ ਕੀਤਾ ਹੈ। ਇਸੇ ਦੌਰਾਨ ਜਾਂਚ ਅਧਿਕਾਰੀ SI ਪਰਵਿੰਦਰ ਸਿੰਘ ਨੇ ਦੱਸਿਆ ਕਿ ਉਹ ਗਸ਼ਤ ਦੇ ਦੌਰਾਨ ਮੁਲਤਾਨੀ ਚੁੰਗੀ ਫਾਜ਼ਿਲਕਾ ਦੇ ਉੱਤੇ ਮੌਜੂਦ ਸਨ ਤਾਂ ਉਹਨਾਂ ਨੂੰ ਸੂਚਨਾ ਮਿਲੀ ਕਿ ਅੰਕੁਸ਼ ਕੁਮਾਰ ਨਿੱਕਾ ਪੁੱਤਰ ਸੁਰਿੰਦਰਪਾਲ ਵਾਸੀ ਧਾਨਕ ਮੁਹੱਲਾ ਫਾਜ਼ਿਲਕਾ ਹਰਿਆਣਾ ਤੋਂ ਸ਼ਰਾਬ ਲਿਆ ਕੇ ਵੇਚਦਾ ਹੈ। ਜਿਸ ਦੇ ਘਰੇ ਰੇਡ ਕਰਨ ਦੇ ਉੱਤੇ 12 ਬੋਤਲਾਂ ਸ਼ਰਾਬ ਹਰਿਆਣਾ ਮਾਰਕਾ ਸਮੇਤ ਉਸ ਨੂੰ ਕਾਬੂ ਕਰ ਲਿਆ ਗਿਆ, ਜਿਨ੍ਹਾਂ ਦੇ ਉੱਤੇ ਐਕਸਾਈਜ਼ ਐਕਟ ਦੇ ਅਧੀਨ ਮਾਮਲਾ ਦਰਜ ਕੀਤਾ ਜਾ ਰਿਹਾ ਹੈ। ਹਾਂਜੀ, ਅੱਜ ਹੌਲਦਾਰ ਸਾਡੇ ਥਾਣਾ ਸਿਟੀ ਫਾਜ਼ਿਲਕਾ ਤੋਂ ਹੌਲਦਾਰ ਪਿਆਰਾ ਸਿੰਘ ਪੁਲਿਸ ਪਾਰਟੀ ਸਮੇਤ ਨਾਕਾਬੰਦੀ ਦੌਰਾਨ ਮੌਜੂਦ ਸੀ। ਉਹਨਾਂ ਨੂੰ ਮੁਖਬਰ ਖਾਸ ਤੋਂ ਇਤਲਾਹ ਮਿਲੀ ਹੈ ਕਿ ਆਪਣੇ ਦੀਪਕ ਪੁੱਤਰ ਸ਼ੇਖਰ ਇਹ ਸ਼ਜਬਨ ਕੌਮ ਸ਼ਜਬਨ ਜਿਹੜੇ ਸ਼ਰਾਬ ਵੇਚਣ ਦਾ ਕੰਮ ਕਰਦੇ ਆ, ਇਹਨਾਂ 'ਤੇ ਰੇਡ ਕੀਤਾ ਜਾਵੇ ਤਾਂ ਸ਼ਰਾਬ ਬਰਾਮਦ ਹੋ ਸਕਦੀ। ਉਸ ਵਿਆਪ 'ਤੇ ਜਿਹੜਾ ਇਹਨਾਂ ਨੇ ਰੇਡ ਕੀਤਾ ਤਾਂ 100 ਬੋਤਲ ਫਸਟ ਚੁਆਇਸ ਦਾਰੂ ਹੈ, ਸ਼ਰਾਬ ਇਹ ਨਜਾਇਜ਼ ਸ਼ਰਾਬ ਜਿਹੜੀ ਇਹ ਬਰਾਮਦ ਕੀਤੀ ਹੈ ਹੌਲਦਾਰ ਪਿਆਰਾ ਸਿੰਘ ਨੇ। ਇਹਦੇ ਸੰਬੰਧ ਵਿੱਚ ਜਿਹੜਾ ਪਰਚਾ ਦਰਜ ਰਜਿਸਟਰ ਕੀਤਾ। ਸਰ, ਇਹ ਸ਼ਰਾਬ ਕੋਈ ਇਲੈਕਸ਼ਨ ਵਾਸਤੇ ਲੈਂਦੀ ਕਿ ਹੋਈ ਕੁਝ ਪਤਾ ਲੱਗਣ ਚਾਹੀਦਾ ਵਾਸਤੇ? ਨਹੀਂ, ਇਹਦੇ ਬਾਰੇ ਕੋਈ ਇਨਵੈਸਟੀਗੇਸ਼ਨ ਵੈਸੇ ਕਰ ਰਹੇ ਸੀ, ਇਹਦੇ ਬਾਰੇ ਕੋਈ ਨਹੀਂ ਕਲੀਅਰ ਅਜੇ, ਵੈਰੀਫਾਈ ਕਰਕੇ ਇਹਦੇ ਬਾਰੇ ਦੱਸਿਆ। ਫਾਜ਼ਿਲਕਾ ਤੋਂ ਦਲੀਪ ਦੱਤ ਦੀ ਰਿਪੋਰਟ।